ਇਹ ਪੁਲਿਸ ਹੈਡਕੁਆਟਰ ਹੈ ਜੀ ਹਰਿਆਣੇ ਦਾ ਇੱਥੇ ਆਪਾਂ ਆਏ ਆ ਤੇ ਸਾਡਾ ਇੱਕ ਵਾਰ ਸਾਈਕਲਿੰਗ ਕਰਨ ਗਏ ਸੀ ਆਹੋ ਡੀਜੀਪੀ ਨਾਲ ਮਿਲੇ ਸੀ ਜਦੋਂ ਆਪਾਂ ਡੀਜੀਪੀ ਸ਼ਰਮਾ ਤੇ ਐਸਪੀ ਵੀ ਗਿਆ ਸੀ ਆਪਣੇ ਨਾਲ ਸਾਈਕਲਿੰਗ ਤੇ ਐਸਪੀ ਸਰ अपना ना तो लंच सी ना ब्रेकफास्ट सी सफर होंदा की होंदा जेड़ा डिनर तो पहला करीदा बाद च करीदा होंदा ओ दस्यो लंच ब्रंच ब्रंच तां पहला करीदा ब्रंच तो मेरे हिसाब नाल 99 दी गल है कुछ खलोंदे नहीं हुंदे ते ओ एसपी सर ते डीजीपी सर साडे रहने दे बड़े वधिया ने उरे असीं साइकलिंग करके आए सी साडा प्रोपर असीं वापस आए ना मतलब की ला लो फ्रूट्स बनाना एप्पल ते काफी कुछ ड्रिंक्स जूस मतलब की फ्रेश जूस रियल जूस कॉफी चाह सैंडविच ते बढ़िया मतलब अरेंजमेंट करे सी पहला सवेरे जो आए 3 बजे आए थे अपा सवेरे इत्थे पहुंच गए थे 3 बजे घरों अपा 1:30 बजे तुरे सी ते इन्हां ने सानू पहला ही आंदे ही कॉफी पियाई ते स्नैक्स वगैरा ते बिस्कुट सारा कुछ दिता ते ओ तो बाद अपा 4 बजे तुर पे जी उरों साइकलां ते बोले सोने हाल कह के बोले सोने हाल सत्श्री अकाल अहीं कह के तुर पे सी अपा ते बई जी गल दसदा मैं थोनू फिर अपा बाद उत्थे करिया लंच अपा करिया सी उत्थे धर्मपुर मैकडी आउंदा जिहड़ा सुनन तो माड़ी जी पहला उत्थे भी आ मोड़ जे ते आउंदा है ਤੇ ਹੋਟਲ ਵੀ ਉੱਥੇ ਹੋਟਲ ਨੇ 3-4 ਵਧੀਆ ਮੈਂ ਕਿੱਥੇ ਸੀਗਾ ਤੇ ਜੀ ਵਾਪਸ ਆਏ ਆਪਾਂ ਤੇ ਉਹਨਾਂ ਨੇ ਸਾਨੂੰ ਫਰੂਟਸ ਆਪਣਾ ਸੈਂਡਵਿਚ ਤੇ ਸਮੋਸੇ ਬ੍ਰੈਡ ਫਰੈਸ਼ ਜੂਸ ਚਾਹ ਟੀ ਕਾਫੀ ਚਾਹ ਤੇ ਟੀ ਤੇ ਜੀ ਉਹਨਾਂ ਨੇ ਮਤਲਬ ਕਿ ਬਹੁਤ ਬੜਿਆ ਜ਼ਿਆਦਾ ਅਤੇ ਮੁੜ ਕੇ ਅਸੀਂ ਫੋਟੋ ਖਿਚਾਈ ਸਾਰਿਆਂ ਨੇ ਅਖਬਾਰ 'ਚ ਵੀ ਆਈ ਮੈਂ ਉਦੋਂ ਵਾਸ਼ਰੂਮ ਚਲਿਆ ਗਿਆ ਮੇਰੀ ਖਿੱਚੀ ਨਹੀਂ ਗਈ ਖੈਰ ਚਲੋ ਬਾਕੀ ਬਾਕੀ ਰਸਤੇ 'ਚ ਜਾਂਦੇ ਹੋਏ ਤੀਆਂ ਹੈਗੀਆਂ ਨੇ ਮੇਰੀਆਂ ਫੋਟੋਆਂ ਪਰ ਜਦੋਂ ਮੇਨ ਫੋਟੋ ਖਿੱਚਣੀ ਸੀ DIG ਨਾਲ DGP ਸਰ ਨਾਲ ਅਤੇ SP ਨਾਲ SP ਸਰ ਨਾਲ ਅਤੇ ਉਦੋਂ ਫਿਰ ਘੱਟ ਗਿਆ ਅਤੇ ਮੈਂ ਚਲਿਆ ਗਿਆ ਬਾਕੀ ਮਜ਼ਾ ਬੜਾ ਆਇਆ ਸੀ ਜੀ ਮਤਲਬ ਕਿ ਬੜੇ ਵਧੀਆ ਹੈਡ ਪਿੱਛੇ ਜਿਹੜਾ ਪੰਚਕੂਲੇ ਹੈੱਡਕੁਆਰਟਰ ਦਿਖਾਇਆ ਇੱਥੇ ਦੀ ਗੱਲ ਹੈ ਬੜੇ ਵਧੀਆ ਸੀਗੇ ਸਾਰੇ ਨੇਚਰ ਸਾਡਾ ਨਰਿੰਦਰ ਗਰੁੱਪ ਸੀ ਬੜਾ ਵਧੀਆ ਸੀਗੇ ਸਾਰੇ ਬੜਾ ਇੰਜੋਏ ਕਰਿਆ ਸੀ ਅਸੀਂ ਤੇ ਕਰਦੇ ਹਾਂ ਬੜੇ ਮਜ਼ਾ ਆਉਂਦਾ ਸੀ ਸਾਈਕਲਿੰਗ ਕਿਸੇ ਦਿਨ ਦੁਬਾਰਾ ਲੈ ਕੇ ਚੱਲਾਂਗੇ ਤੁਹਾਨੂੰ ਸਾਈਕਲ ਕਰੀ ਆਪਾਂ ਸਾਲ ਕੀ ਸੀ 1.5 ਸਾਲ ਥੋੜ੍ਹਾ ਹੁੰਦਾ ਨਾ ਪਰ ਜਿੰਨੀ ਵੀ ਕੀਤੀ ਸੀ ਮਜ਼ਾ ਬਹੁਤ ਆਇਆ ਤੇ ਆਪਾਂ ਮੈਂ ਕਹਿੰਦਾ 35 ਕਿਲੋਮੀਟਰ ਕਰਦੇ ਹੁੰਦੇ ਸੀ ਰੋਜ਼ पानी आया होया देखो जी मारकंडा साहब पानी देखने को मिलता ਤੇ ਮਤਲਬ ਕਿ ਇਸ ਮਹੀਨੇ ਇਸ ਸੌਣ ਆਹ ਸਾਲ 2022 ਦੇ ਸੌਣ 'ਚ ਝੜੀ ਨਹੀਂ ਲੱਗ ਰਹੀ ਜੀ ਜਿਵੇਂ ਹਫ਼ਤੇ ਹਫ਼ਤੇ ਦੀ ਝੜੀ ਲੱਗ ਜਾਂਦੀ ਸੀ ਸੌਣ ਦੀ ਝੜੀ ਮਤਲਬ ਹਫ਼ਤਾ ਹਫ਼ਤਾ ਮੀਂਹ ਪੈਂਦੇ ਰਹਿੰਦੇ ਸੀਗੇ ਤੇ ਐਕਤੀ ਆਏ ਹੋ ਰਿਹਾ ਆਹ ਦੇਖੋ ਸੁੱਕਾ ਆ ਗਿਆ ਕਿਤੇ ਨੂੰ ਮੀਂਹ ਹੈ ਕਿਤੇ ਨੂੰ ਹੈ ਨਹੀਂ ਤੇ ਸੌਣ ਦੀ ਝੜੀ ਨਹੀਂ ਲੱਗ ਰਹੀ ਪ੍ਰੋਪਰ 2 ਦਿਨ ਤਾਂ ਪੂਰੀ ਗਰਮੀ ਹੋ ਜਾਂਦੀ ਹੈ ਧੁੱਪ ਆ ਜਾਂਦੀ ਹੈ ਫਿਰ 1 ਦਿਨ ਮੀਂਹ ਪੈ ਜਾਂਦਾ ਫਿਰ ਧੁੱਪ ਆ ਜਾਂਦੀ ਹੈ ਕਦੇ ਆ ਗਈ ਕਦੇ ਚਲੀ ਗਈ ਪਰ ਪ੍ਰੋਪਰ ਚੜੀ ਲੱਗੀ ਰਹੇ ਨਾ ਹਫ਼ਤਾ ਨਜ਼ਾਰਾ ਆ ਜੇ ਪਰ ਫਿਰ ਕੱਚਾ ਹੀ ਮੌਸਮ ਹੋ ਜਾਂਦਾ ਵੀ ਇਸ ਮਹੀਨੇ ਜਾਏ ਹੁੰਦਾ ਜਿਵੇਂ ਲਾ ਲਓ
ਸਿੱਲਣ ਜੀ ਆ ਜਾਂਦੀ, ਲੱਕੜ ਦੇ ਦਰਵਾਜ਼ੇ ਆਪਣੇ ਫੁੱਲ ਜਾਂਦੇ ਨੇ। ਉਹ ਮੈਂ ਆ ਰਿਹਾ ਜੀ, ਹੁਣ ਆ ਰਿਹਾ। ਚਲੋ ਜੀ ਆ ਗਿਆ ਆਪਾਂ ਮਲਾਣੇ, ਇਹ ਆ ਗਿਆ ਲੈਂਸ ਦਾ ਪੰਪ। ਦੇਖੋ ਜੀ ਨੀਂਦ ਖਾਈਏ, ਇੱਥੇ ਸਲੋ ਗਿਆ ਜੀ, ਹੁਣ ਫਿਰ ਤੇਜ਼ ਹੋ ਜੂਗਾ। ਆਈ ਹੈ ਸਾਰੇ ਹਾਈਵੇ ਦੇ ਸਾਡੇ ਇੱਧਰ, ਕਿਤੇ ਸਲੋ ਹੈ ਕਿਤੇ ਤੇਜ਼ ਹੋਈ ਜਾਂਦਾ ਜਾਂ ਫਿਰ ਕਿਤੇ ਰੋਕੀ ਜਾਂਦਾ। ਜਿਵੇਂ ਇਹ ਕਾਹ ਬੜੇ ਖਤਰਨਾਕ ਨੇ ਆਹ ਚੀਜ਼ਾਂ, ਇਹ ਨਹੀਂ ਪਤਾ ਕਦੋਂ ਗੱਡੀ ਅੱਗੇ ਆ ਜਾਣ। 0.5 ਇਹਨਾਂ ਦਾ ਵੀ ਕੋਈ ਹੱਲ ਕਰਨਾ ਚਾਹੀਦਾ। ਇਹਨਾਂ ਦਾ ਪੰਚਕੂਲੇ ਦੇ ਨੇੜੇ ਜਾ ਕੇ ਦੇਖ, ਹਰ ਜਗ੍ਹਾ ਬੈਠੇ ਨੇ, 100-100 ਮੀਟਰ ਤੇ ਬੈਠੇ ਨੇ। ਇੰਨਾ ਬੁਰਾ ਹਾਲ ਹੈ, ਕਦੇ ਵੀ ਗੱਡੀ ਲੈ ਕੇ ਕੀ ਜਾਣ ਦੀ ਗਊਸ਼ਾਲਾ ਚ। ਆਪਾਂ ਜਿਵੇਂ ਆਪਣੇ ਹੁੰਦਾ ਬੱਚਾ ਹੁੰਦਾ ਜਾਂ ਕੋਈ ਗਾਏ ਆਪਣੇ ਦੁੱਧ ਦੇਣ ਹਟ ਜਾਂਦੀ ਹੈ, ਕੁਛ ਵੀ ਲਾ ਲਓ ਬੱਚਾ ਹੁੰਦਾ, ਆਪਾਂ ਉਹਨੂੰ ਬੱਚੇ ਨੂੰ ਗਊਸ਼ਾਲਾ ਛੱਡਿਆਉਂਦੇ ਹਾਂ ਅਤੇ ਪੈਸੇ ਦੇ ਆਉਂਦੇ ਹਾਂ, ਮਤਲਬ ਕੱਖ ਕੁੱਖ ਦੇ, ਮਤਲਬ ਕਿ ਜਿਵੇਂ ਵੀ ਆਪਾਂ ਪੈਸੇ ਦੇ ਕੇ ਆਉਂਦੇ ਹਾਂ। ਅਤੇ ਬਈ ਇਹਦੀ ਵੀ ਸੇਵਾ ਹੋ ਜੇ ਗਊਸ਼ਾਲਾ ਨਾਲ, ਅਤੇ ਗਊਸ਼ਾਲਾ 'ਚ ਚੜਾਵਾ ਵੀ ਚੜ੍ਹਦਾ ਅਤੇ ਗਊਸ਼ਾਲਾ ਵਾਲੇ ਕਰਦੇ ਕੀ ਨੇ, ਤਾਂ ਉਹਨਾਂ ਦੀ ਵੀ ਨਹੀਂ ਗਲਤੀ ਹੈਗੀ, ਜਗ੍ਹਾ ਹੀ ਘੱਟ ਹੈ। ਪਰ ਸਰਕਾਰ ਨੂੰ ਅਤੇ ਗਊਸ਼ਾਲਾ ਵਾਲਿਆਂ ਨੂੰ ਵੀ ਕਰਨਾ ਚਾਹੀਦਾ ਵੀ ਜਾਂ ਤਾਂ ਜਗ੍ਹਾ ਹੋਰ ਲਓ, ਬਈ ਜੇ ਆਪਾਂ ਕਿਉਂਕਿ ਐਂ ਤਾਂ ਇਹਨਾਂ ਦਾ ਵੀ ਨਹੀਂ ਹੱਲ ਹੈਗਾ ਨਾ, ਨਾ ਤਾਂ ਇਹਨਾਂ ਦਾ ਹੱਲ ਹੈ ਨਾ ਹੈਗਾ ਬੰਦਿਆਂ ਦਾ ਹੱਲ। ਬਈ ਗਊਸ਼ਾਲਾ ਜਾਂ ਤਾਂ ਬੜੀਆਂ ਕਰਨ, ਆਪਾਂ ਦੇ ਕੇ ਆਉਂਦੇ ਹਾਂ ਗਊਸ਼ਾਲਾ 'ਚ, ਗਊਸ਼ਾਲਾ ਵਾਲੇ ਵੀ ਕੀ ਕਰਦੇ ਨੇ ਜੀ, ਵੀਹ ਜਦੋਂ ਓਵਰ ਹੋ ਜਾਂਦਾ ਐਂ ਛੱਡ ਦਿੰਦੇ ਨੇ ਵੀ ਵੀਹ ਡੰਗ ਉਹ ਗਾਏ ਆਪਣਾ ਜਿਹੜੇ ਵੀ ਹੁੰਦੇ ਗਾਏ ਅਤੇ ਆਪਣਾ ਬੱਚੇ ਬਛੜੇ ਆਈ ਛੱਡ ਦਿੰਦੇ ਨੇ, ਤੇ ਉਹ ਜਾਣ ਕਿੱਥੇ ਜੀ, ਜੰਗਲ ਰਹੇ ਨੀ। ਚਲ ਉਹ ਤਾਂ ਗਊਸ਼ਾਲਾ ਨੇ, ਸਰਕਾਰ ਵੀ ਕੁਛ ਕਰੇ ਨਾ, ਸਰਕਾਰ ਇਹਨਾਂ ਨੇ ਅਲੱਗ ਜਗ੍ਹਾ ਅਲਾਟ ਕਰੇ, ਜਗ੍ਹਾ ਅਲਾਟ ਕਰੇ, ਜਿੱਦਾਂ ਸਰਕਾਰ ਦੀ ਜ਼ਮੀਨਾਂ ਖਾਲੀ ਬਣੀਆਂ ਇੰਨੀਆਂ, ਕਿਉਂਕਿ ਉੱਥੇ ਇੱਕ ਕਿੱਲਾ ਕਰਕੇ ਚਾਰ ਦੀਵਾਰੀ ਜੀ ਇੱਕ ਕਿੱਲੇ ਦੀ ਉਹਦੇ ਛੱਡ ਦੇਣ, ਜਾਵੇ ਬਾਹਰ ਹੁੰਦਾ ਵੀ ਪੂਰਾ ਲੱਕੜਾਂ ਦਾ, ਜ਼ਿਆਦਾ ਵੀ ਨਹੀਂ ਕਹਿੰਦੇ ਵੀ ਮਹਿੰਗਾ ਕੰਮ ਕਰੋ, ਲੱਕੜਾਂ ਦਾ ਉਹ ਲਾ ਕੇ ਕੁਛ ਵੀ ਹੁੰਦੀ 100 ਦੀ ਤੇ ਇਕਦਮ ਆ ਜੇ ਨਾ ਦਿਸੇ ਗਿਆ ਬੰਦੀ ਕਿਆ ਮਰਿਆ ਯਾਰ, ਕਈ ਮਰਾ ਮਰਦੇ ਐਕਸੀਡੈਂਟ ਕਿਸੇ ਦੇ ਵੀ ਯਾਰ ਸੱਟ ਵੱਜ ਗਈ ਬੜੇ ਯਾਰ। ਪੀਰ ਮੈਂ ਤੈਨੂੰ ਦੱਸਦਾ ਲਾਡਵੇ ਦੀ ਗੱਲ, ਪੀਰ ਕੋਲ ਦੀ ਇੱਕ ਆਪਾਂ ਫਰੈਂਡ ਹੁੰਦੇ ਸੀ, ਉਹਦੇ 'ਚ ਗਾਏ ਨੇ ਆ ਕੇ ਸਿੰਗ ਮਾਰਿਆ, ਉਹਨੇ ਸਾਂਡ ਨੇ, ਉਹ ਵਿਚਾਰਾ 2 ਦਿਨ ਹੋਸਪਿਟਲ 'ਚ ਰਿਹਾ ਅਤੇ ਪੂਰਾ ਹੋ ਗਿਆ। ਅਤੇ ਮਤਲਬ ਕਿ ਕੀ ਸੁਰੱਖਿਆ ਬੰਦਿਆਂ ਦੀ, ਮੋਟਰਸਾਈਕਲ ਦੇ ਚੱਲਣ ਦਾ ਧਰਮ ਹੀ ਨਹੀਂ, ਅਤੇ ਕਾਰ ਵੀ ਡੈਮੇਜ ਕਰ ਦਿੰਦੇ ਨੇ ਅੱਧੇ ਤਾਂ। ਮੈਂ ਸਰਕਾਰ ਵੀ ਚਲੋ ਬਚਾਉਣੀਆਂ ਚਾਹੀਦੀਆਂ ਗਾਏ, ਧਰਮ 'ਚ ਸਾਡਿਆਂ 'ਚ ਮੰਨੀਆਂ ਗਈਆਂ ਵੀ ਸਾਡੀ ਮਾਂ ਹੈ ਅਤੇ ਗਊ ਮਾਤਾ ਮੰਨੀ ਗਈ ਹੈ, ਅਤੇ ਗਊ ਮਾਤਾ ਲਈ ਪੰਜ ਮੈਂ ਕਹਿੰਦਾ ਸ਼ਹਿਰਾਂ 'ਚ ਨਹੀਂ ਹੈਗੀਆਂ ਉਰੇ ਤਾਂ ਗਊਸ਼ਾਲਾ ਪ੍ਰੋਪਰ, ਮੈਂ ਕਹਿੰਦਾ ਜ਼ਿਆਦਾ ਨਹੀਂ ਤਾਂ 5 ਪਿੰਡਾਂ 'ਚ ਪੰਚਾਇਤੀ ਜ਼ਮੀਨਾਂ ਹੁੰਦੀਆਂ ਹੀ ਨੇ ਹੁਣ ਸਰਕਾਰ ਕੋਲ, ਪਿੰਡ 5 ਪਿੰਡਾਂ 'ਚ ਇੱਕ ਗਊਸ਼ਾਲਾ ਜ਼ਰੂਰ ਹੋਣੀ ਚਾਹੀਦੀ ਹੈ। ਹਾਂ ਸਰਕਾਰ ਕਹਿੰਦੀ ਇਹਨਾਂ ਨੂੰ ਕੈਦ ਨਹੀਂ ਕਰਕੇ ਰੱਖਣਾ, ਇੱਦਾਂ ਨਹੀਂ ਰੱਖਣਾ, ਉੱਦਾਂ ਨਹੀਂ ਰੱਖਣਾ ਵੀ ਇਹ ਗਊ ਮਾਤਾ, ਪਰ ਜੇ ਗਊ ਮਾਤਾ ਫਿਰਦੀ ਹੈ ਖਾਣ ਨੂੰ ਉਹਦੇ ਜਾਂ ਫਿਰ ਉਹ ਕਿਸੇ ਚੀਜ਼ 'ਚ ਵੱਜਦੀ ਹੈ, ਗਊ ਮਾਤਾ ਦੇ ਵੀ ਤਾਂ ਸੱਟ ਵੱਜਦੀ ਹੈ, ਬੰਦਾ ਤਾਂ ਚਲੋ ਜਾਂਦਾ ਹੀ ਜਾਂਦਾ, ਗੱਡੀ ਨੁਕਸਾਨ ਹੁੰਦਾ ਉਹਦੇ ਵੀ ਤਾਂ, ਉਹਦਾ ਵੀ ਤਾਂ ਨੁਕਸਾਨ ਹੁੰਦਾ, ਉਹਦੀ ਵੀ ਤਾਂ ਜਾਨ ਜਾਂਦੀ ਹੈ। ਇਹ ਕਹਿੰਦੇ ਨੇ ਵੀ ਗਊ ਮਾਤਾ ਇੱਦਾਂ, ਇਹਨਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਘੱਟੋ ਘੱਟ ਜੇ ਇਹਨੂੰ ਛੱਡਾਂਗੇ ਕਿਤੇ ਤਾੜ, ਉਹਦਾ ਤਾੜਨਾ ਥੋੜ੍ਹੀ ਹੋ ਗਿਆ, ਮਤਲਬ ਜੇ ਕਿਤੇ ਛੱਡਤੀ ਅਗਲੇ ਸੇਵਾ ਵੀ ਤਾਂ ਕਰਨਗੇ,
ਅਗਲੇ ਰੱਖਣਗੇ, ਖਲੋਣਗੇ, ਦਿਨ ਰਾਤ ਚਾਰਾ ਜੋ ਵੀ ਹੈ ਸਭ ਕੁਛ ਕਰਨਗੇ, ਅਗਲੇ ਨਵਾਉਣਗੇ ਧੋਣਗੇ, ਉਰੇ ਕੀ ਕਰਦਾ ਹਰ ਰੋਡ ਤੇ ਕੋਈ ਕੁਛ ਵੀ ਨੀ ਕਰਦਾ, ਬੈਠੀ ਆ ਬਸ। ਸਹੀ ਬਾਤ ਆ ਬਾਈ, ਸਰਕਾਰ ਤੋਂ ਆਪਣੇ ਜੰਮੂ ਪਾਸੇ ਬੈਠੀ ਉਹਨਾਂ ਕਹਿ ਲੈਣਾ ਬੰਦੇ ਜੋ ਜਿਹਨਾਂ ਕੰਮ ਆ ਸਹੀ ਗੱਲ ਉਹਨਾਂ ਦੇ ਅਗਲੇ ਸਰਕਾਰਾਂ ਦੇ ਗੱਡੀਆਂ ਚੱਲੀਆਂ ਪੰਜ ਪੰਜ ਛੇ ਛੇ ਦਸ ਦਸ ਨਹੀਂ ਤਾਂ ਦੋ ਦੋ ਤਿੰਨ ਤਿੰਨ ਉਹਨਾਂ ਨੂੰ ਕੀ ਪਤਾ ਉੱਡਦੀਆਂ ਜਾ ਰਹੀਆਂ ਹੂਟਰ ਵੱਜ ਰਿਹਾ। ਸਹੀ ਬਾਤ ਆਪਣੇ ਨਾਮ ਕੀ ਤੋਂ ਜੰਮੂ ਖਾਲੀ ਕਰਵਾ ਲਿਆ। ਸਹੀ ਗੱਲ ਹੈ, ਜੋਨ ਸੀ ਆਉਣਾ ਜਾਣਾ ਤੇ ਰਹਿੰਦੇ ਲਈ ਉਹਨੇ ਆਵਾ ਨਾ ਦਿੱਕਤ ਹੋ। ਸਹੀ ਗੱਲ ਹੈ, ਦਿੱਕਤ ਆਉਂਦੀ ਹੈ ਜਿਵੇਂ ਜੀ ਹੁਣ ਸਾਡੇ ਸ਼ਹਿਰ ਚ ਲਾਡਵੇ ਚ ਗਊਸ਼ਾਲਾ, ਤੇ ਲਾਡਵੇ ਨੂੰ ਮੈਂ ਕਹਿੰਦਾ ਕਿੰਨੇ ਪਿੰਡ ਲੱਗਦੇ ਨੇ, ਨਹੀਂ ਜ਼ਿਆਦਾ ਮੈਂ ਕਹਿੰਦਾ 50 ਪਿੰਡ ਤਾਂ ਲੱਗਦੇ ਹੋਣੇ ਮੋਟਾ ਮੋਟਾ ਅੰਦਾਜ਼ਾ ਮੇਰਾ, ਇਹ ਜ਼ਿਆਦਾ ਜ਼ਿਆਦਾ ਹੀ ਨੇ, ਇਹ ਤੋਂ ਘੱਟ ਨਹੀਂ ਹੈਗੇ। ਤੇ ਇੱਕ ਗਊਸ਼ਾਲਾ ਹੈ, ਮੈਂ ਕਹਿੰਦਾ ਜੀ ਹਰੇਕ 5 ਪਿੰਡ ਬਾਅਦ ਇੱਕ ਗਊਸ਼ਾਲਾ, ਜਿਵੇਂ ਇੱਕ ਹਰੇਕ ਬਲੋਕ 'ਚ, ਜਿਵੇਂ ਸਾਡਾ ਪਿੰਡ ਹੈ ਜੀ, ਸਾਡੇ ਪਿੰਡ 'ਚ 4 ਬਲੋਕ ਨੇ, ਬਲੋਕ ਹੁੰਦੇ ਨੇ, ਮੇਰਾ ਸਾਡੇ ਬਲੋਕ 'ਚ ਖੇੜੀ ਹੈ, ਖਰਕਾਲੀ ਹੈ, ਸੁਜਾਤਪੁਰ ਹੈ, 4 ਪਿੰਡ ਨੇ, ਹਰ ਇੱਕ ਬਲੋਕ 'ਚ ਕਿੱਲੇ 2 ਕਿੱਲੇ ਮਤਲਬ ਕਿ ਜ਼ਿਆਦਾ ਨਹੀਂ 3 ਕਿੱਲਿਆਂ ਦੀ ਬਾਉਂਡਰੀ ਕਰਕੇ ਰੱਖਣੀ ਹੀ ਚਾਹੀਦੀ ਹੈ ਇਸ ਕੰਮ ਵਾਸਤੇ। ਅਤੇ ਕਮੇਟੀ ਬਣਾਉਣੀ ਚਾਹੀਦੀ ਹੈ ਸਰਕਾਰ ਨੂੰ ਬਈ ਗਊਸ਼ਾਲਾ ਉਰੇ ਜਿਹੜੇ ਆਪਣੇ ਸੜਕਾਂ 'ਤੇ ਫਿਰਦੇ ਨੇ। ਮੈਂ ਕਹਿੰਦਾ ਜੇ ਇੱਕ ਵੀ ਫਿਰ ਕਿਤੇ ਮਿਲ ਜੇ ਹਰੇਕ, ਜੇ 5 ਪਿੰਡਾਂ ਨਾਲ ਇੱਕ ਗਊਸ਼ਾਲਾ ਹੋਏ, 5 ਛੱਡੋ ਯਾਰ, 11 ਪਿੰਡਾਂ ਨਾਲ ਕਰ ਦਿਉ ਇੱਕ ਗਊਸ਼ਾਲਾ, ਕਰ ਦਿਉ 11 ਪਿੰਡਾਂ ਨਾਲ 5 ਕਿੱਲਿਆਂ ਦੀ ਬਾਉਂਡਰੀ 'ਤੇ, ਮਤਲਬ ਹੀ ਨਹੀਂ ਕਿਤੇ ਗਊ, ਸਾਰੀਆਂ ਗਊਆਂ ਨੂੰ ਪ੍ਰੋਪਰ ਫੈਸਿਲਿਟੀ ਮਿਲੂਗੀ, ਪ੍ਰੋਪਰ ਕੱਖ ਮਿਲਣਗੇ, ਸਾਰੇ ਸਾਂਭੀਆਂ ਵੀ ਜਾਣਗੀਆਂ ਜੀ। ਹੁਣ ਇੱਕ ਜਗ੍ਹਾ ਹਜ਼ਾਰ ਹਜ਼ਾਰ ਗਾਇਆ ਯਾਰ, 200 ਗਾਇਆਂ ਦੀ ਕੈਪੈਸਿਟੀ ਵਾਲੀ ਆਪਣਾ ਗਊਸ਼ਾਲਾ 'ਚ ਆਪਾਂ ਉੱਥੋਂ ਆਪਣਾ 1000 ਗਾਇਆਂ ਛੱਡਾਂਗੇ, ਅਤੇ ਕੀ ਆਪਾਂ ਕੱਖ ਪੂਰੇ ਕਰ ਲਾਂਗੇ ਉਹਨਾਂ ਦੇ, ਚਾਹੇ 20 ਨੌਕਰ ਵੀ ਹੋਣ ਯਾਰ, ਕੱਖ ਨਹੀਂ ਪੂਰੇ ਕਰ ਸਕਦੇ। ਹੁਣ ਇੱਕ ਜੇ ਇੱਕ ਨੂੰ ਮਿਲ ਗਿਆ, 5 ਨੂੰ ਮਿਲਿਆ, ਗਊਸ਼ਾਲਾ ਵਾਲੇ ਵੀ ਕੀ ਕਰਨ, ਉਹਨਾਂ ਨੂੰ ਵੀ ਛੱਡਣਾ ਹੀ ਪਊਗਾ। ਚਲੋ ਜੀ ਠੀਕ ਹੈ ਜੀ, ਬਾਏ ਬਾਏ ਜੀ। ਮੌਸਮ ਕਿਆ? ਆ ਲਓ ਜੀ ਦੇਖ ਲਓ, ਆਪਣੇ ਵੱਲ ਮੀਂਹ ਹੀ ਨਹੀਂ ਹੈਗਾ ਜਮਾਂ ਵੀ, ਇੱਕ ਧੁਪਕਾ ਨਹੀਂ ਗਿਰਿਆ ਹੋਇਆ, ਮੀਂਹ ਦਾ ਸੁੱਕਿਆ ਹੋਈਆਂ ਸੜਕਾਂ ਜਮੀ। ਆਹ ਕੀ ਜੀ, ਆਹ ਦੇਖੋ ਕੰਪਨੀ ਵਾਲੇ ਦੀ ਕੀ ਕਰਦਾ, ਤੇਲ ਮੁੱਕ ਗਿਆ, ਟੈਸਟ ਡਰਾਈਵ ਕਿੰਨੀ ਵਾਰੀ ਖੜੇ ਨੇ, ਇਹ ਕੀ ਟੈਸਟ ਡਰਾਈਵ ਕਰਾਉਣਗੇ ਵਿਚਾਰੇ, ਇਹ ਤਾਂ ਆਪ ਖੜੇ ਨੇ ਕੈਨੀਆਂ ਲਈ, ਔਰ ਕੈਨੀ ਵੀ ਉਹ ਛੋਟੀ ਜੀ ਹੈ, ਅੱਡੀ ਜੀ, ਆਹੋ ਆਹੋ ਹੌਲੀ ਓਏ ਦੇਖ, ਐ ਮਿਲ ਜਾਂਦਾ ਹੁੰਦਾ ਮੀਂਹ ਦਿਖਾਉਣ ਨੂੰ, ਆਨ ਕੀਤਾ ਸੀ ਕੈਮਰਾ ਵੀ ਮੀਂਹ ਦਿਖਾਵਾਂਗੇ, ਆਪਣੇ ਵੱਲ ਮੀਂਹ ਨੀ ਹੈਗਾ, ਦੇਖ ਅੱਗੇ ਕੀ ਆਦਿ ਕੀ ਤੇਲ ਕਦਮ ਹੋਏ, ਯਹਾਂ ਤੇ ਕੰਪਨੀ ਕਿਤਨੀ ਦੂਰ ਹੈ, ਕਾਫੀ ਉੱਧਰ ਹੈ, ਟੈਸਟ ਡਰਾਈਵ ਦੇ ਕਹਾਂ ਰੇ ਖਰਾਕੇ ਦੇ, ਸਹੀ ਬਾਤ ਹੈ, ਆਪਣੀ ਕਾਰ ਕੀ ਕਿਆ ਮਸ਼ਹੂਰੀ ਕਰੇਗੇ ਲੋਕ, ਕਰਤੀ ਮਸ਼ਹੂਰੀ, ਜੇ ਕਿਤੇ ਸਾਡਾ ਵਲੌਗ ਕਿਤੇ ਚੈਨਲ ਚੱਲਿਆ ਹੁੰਦਾ ਨਾ ਅੱਜ ਦੇ ਕੀ ਆਲਾ ਦੀ ਕੀ ਆ ਦੀ ਸੇਲ ਡਬਲ ਹੋ ਜਾਣੀ, ਕੀ ਆ ਦੀ ਸੇਲ ਡਬਲ ਹੋ ਜਾਣੀ ਸੀ, ਆ ਡਬਲ ਗਿਰ ਜਾਣੀ ਸੀ ਸੇਲ, ਬੇਇੱਜ਼ਤੀ ਹੋਈ ਆ, ਪੂਰਾ ਨੀ ਹੁੰਦਾ ਹੈਗਾ। ਮੇਰੀ ਮੰਨੋ ਜੀ, ਇੰਡੀਆ ਦੇ ਮਾਲਕੋ, CNG ਲਵਾ ਲੋ ਇਹਦੇ ਤੁਹਾਨੂੰ। ਲੋ ਜੀ ਪਹੁੰਚ ਗਏ ਆਪਾਂ, ਲੋ ਜੀ ਆਪਾਂ ਪਹੁੰਚ ਗਏ ਘਰੇ, ਲੋ ਇਹ ਖੜੇ ਸਾਰੇ, ਚਾਰਜ ਫੰਕਸ਼ਨ ਬਹੁਤ ਕਰਿਆ, ਮਜ਼ਾ ਆ ਗਿਆ ਜ਼ਿਆਦਾ। ਲੋ ਜੀ ਦੋ ਵਲੌਗਰ ਜਦੋਂ ਇਕੱਠੇ ਹੋ ਜਾਣ ਤੇ ਵਲੌਗ ਦੁਬਾਰਾ ਸ਼ੂਟ ਕਰਦੇ ਹਾਂ। ਆਪਾਂ ਪਹੁੰਚ ਕੇ ਖੜੇ ਹੋਏ ਸੀ, ਉਹਨੇ ਪਹੁੰਚ ਗਏ ਜੀ ਘਰੇ, ਗੱਡੀ ਦੇ ਆਏ, ਹੁਣ ਗੱਡੀ ਆਪਾਂ ਨੂੰ ਮਿਲੂਗੀ 4-5 ਦਿਨ ਬਾਅਦ, ਮੀਂਹ ਜਮਾਂ ਨਹੀਂ ਆਇਆ ਅੱਜ, ਅਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਅਤੇ ਵਾਈਜ਼ਰ ਨੂੰ ਮਿਲਦੇ ਹਾਂ, ਅਤੇ ਫਿਰ ਸੋਚਦੇ ਹਾਂ ਕੀ ਕਰਨਾ, ਤੁਹਾਨੂੰ ਦਿਖਾਉਂਦੇ ਹਾਂ ਅੱਗੇ ਕੀ ਕਰਦੇ ਹਾਂ, ਇਹ ਤੁਹਾਨੂੰ ਲੱਗਦਾ ਵਾਪਸ ਜਾਣਗੇ ਹੁਣ।
मैं सोचता फिर की करना अगे। ब्लॉग तो बहुत लंबा हो गया, तुहानू सही दस्सां इह ब्लॉग पैना भी नहीं, दो तीन टुकड़िया च पाउणा पैना। इधर देख, आ देख, आ देख, आ देख, इधर देख महाराज, आ देख, आ देख भाई जी, आ देख बाहर जाना।